ਹਾਂਜੀ ਦੋਸਤੋ ਜੱਟਾਂ ਦੇ ਬਾਰੇ ਜੱਟਾਂ ਦੇ ਗੋਤਾਂ ਦੇ ਬਾਰੇ ਤਾਂ ਸੋਸ਼ਲ ਮੀਡੀਆ YouTube ਭਰੀ ਪਈ ਐ ਜੋ ਕਿ ਚਾਰੇ ਪਾਸੇ ਜੱਟ 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 ਕਰੀ ਜਾਂਦੇ ਸੋ ਅੱਜ ਦੋਸਤੋ ਆਪਾਂ ਨੇ ਗੱਲ ਕਰਨੀ ਐ ਬਾਣੀਆਂ ਦੇ ਬਾਰੇ ਸੋ ਆਕਰ ਬਾਣੀਆਂ ਕੌਣ ਹੁੰਨੇ ਆ ਸੋ ਇਹਨਾਂ ਦਾ ਇਤਿਹਾਸ ਕੀ ਐ ਪਿਸ਼ੋਕੜ ਕੀ ਐ ਤੇ ਬਾਣੀਆਂ ਨਾਲ ਜੁੜੀਆਂ ਹੋਈਆਂ ਉਹ ਦਿਲਚਸਪ ਗੱਲਾਂ ਜਿਹੜੀਆਂ ਕਿ ਤੁਸੀਂ ਛੇ ਦੀ ਪਹਿਲਾਂ ਕਦੇ ਸੁਣੀਆਂ ਹੋਣ ਸੋ ਵੀਡੀਓ ਬੜੀ ਦਿਲਚਸਪ ਐ ਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਜ਼ਰੂਰ ਸ਼ੇਅਰ ਕਰਨਾ ਬਾਣਿਏ ਸੋ ਮੰਨੂ ਵਰਣ ਵਿਵਸਥਾ ਦੇ ਵਿੱਚ ਬਾਣਿਏ ਵੈਸ਼ ਵਰਣ ਅਧੀਨ ਆਉਂਦੇ ਹਨ ਅਤੇ ਕਸ਼ਤਰੀ ਤੋਂ ਥੱਲੇ ਆ ਇਹ ਬਾਣਿਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਬਨਜੀਆ ਜਿਹਦਾ ਅਰਥ ਬਣਜ ਕਰਨ ਵਾਲਾ ਹੈ ਇਹ ਤੋਂ ਉਤਪਤ ਹੋਇਆ ਇਹ ਪੰਜਾਬ ਦੀ ਤੀਜੀ ਅਤੇ ਮਹੱਤਵਪੂਰਨ ਜਾਤ ਹੈ ਇਹ ਪ੍ਰਸਿੱਧ ਹੁਕਮਰਾਨ ਅਗਰਸੈਨ ਦੇ ਉੱਤਰਾਧਿਕਾਰੀ ਕਹੇ ਜਾਂਦੇ ਜਿਦੀ ਰਾਜਧਾਨੀ ਹਰਿਆਣੇ ਦੇ ਵਿੱਚ ਅਗਰੋਹੇ ਦੀ ਥਾਂ ਤੇ ਸੀ ਕਈ ਵਿਦਵਾਨ ਕਹਿੰਦੇ ਹਨ ਕਿ ਗੁਪਤ ਸ਼ਬਦ ਵੈਸ਼ਾਂ ਦੀ ਉਪਾਧੀ ਹੈ ਅਤੇ ਜਿਨ੍ਹਾਂ ਦੇ 4ਵੀਂ ਸਦੀ ਈਸਵੀ ਦੇ ਵਿੱਚ ਪ੍ਰਸਿੱਧ ਸਮਰਾਟ ਚੰਦਰ ਗੁਪਤ 320 ਈਸਵੀ ਸਮੁੰਦਰ ਗੁਪਤ 330 ਈਸਵੀ ਚੰਦਰ ਗੁਪਤ ਦੂਜਾ ਜਿਹਦਾ ਕਿ ਨਾਂ ਬਿਕਰਮਾ ਦਿੱਤੇ ਆ ਵੀ ਹੈ 380 ਈਸਵੀ ਕੁਮਾਰ ਗੁਪਤ 413 ਈਸਵੀ ਫਿਰ ਸਿਕੰਧ ਗੁਪਤ ਜਿਨੇ ਹੂਣ ਜਾਤ ਤੋਂ ਹਾਰ ਖਾਧੀ ਇਸੇ ਜਾਤ ਨਾਲ ਸੰਬੰਧ ਰੱਖਦੇ ਸਨ ਇਨਾ ਸਾਰਿਆਂ ਦੇ ਸਮੇਂ ਨੂੰ ਹਿੰਦੂਆਂ ਦਾ ਸੁਨਹਿਰੀ ਜਮਾਨਾ ਵੀ ਕਿਹਾ ਜਾਂਦਾ। ਇਹਨਾਂ ਦੀ ਰਾਜਧਾਨੀ ਪਾਟਲੀਪੁੱਤਰ ਯਾਨੀ ਕਿ ਪਟਨਾ ਸੀ ਅਤੇ ਬਿਕਰਮਾ ਦਿੱਤੇਯਾ ਜਾਂ ਚੰਦਰਗੁਪਤ ਦੂਜੇ ਦੇ ਵੇਲੇ ਇਹਨਾਂ ਦਾ ਅਧਿਕਾਰ ਖੇਤਰ ਦੂਰ ਦੂਰ ਤੱਕ ਫੈਲਿਆ। ਉਹਨੇ ਉਜੈਨ, ਮਾਲਵਾ ਯਾਨੀ ਕਿ ਮੱਧ ਭਾਰਤ, ਗੁਜਰਾਤ ਅਤੇ ਸੂਰਾਸ਼ਟਰ ਨੂੰ ਫਤਿਹ ਕੀਤਾ। ਇਸ ਵੇਲੇ ਸੰਸਕ੍ਰਿਤ ਨੇ ਬੜੀ ਉਨਤੀ ਕੀਤੀ ਅਤੇ ਮਹਾਕਵੀ ਕਾਲੀਦਾਸ ਵੀ ਇਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਹੋਇਆ। ਨਰਰਾਜ ਪੂਰਨ ਤੌਰ ਤੇ 455 ਐਸਵੀ ਵਿੱਚ ਖਤਮ ਹੋ ਗਿਆ ਬਾਣੇ ਚਾਰ ਉਪਜਾਤਾਂ ਅਗਰਵਾਲ ਜਿਹਦੀਆਂ ਅੱਗੇ ਹੋਰ ਦੋ ਸ਼੍ਰੈਣੀਆਂ ਬੀਸਾ ਜਾਨੀ ਕਿ 20 ਗੋਤ ਅਤੇ ਦਸਾ 10 ਗੋਤ ਇਹਦੇ ਵਿੱਚ ਵੰਡੇ ਹੋਏ ਹਨ ਸਰਾਲੀਆ ਜੋ ਸਰਾਲ ਦੇ ਰਹਿਣ ਵਾਲੇ ਸਨ ਉਸਵਾਲ ਓਸੀਨ ਓਸੀਨ ਨਗਰੀ ਪੂਰਬੀ ਰਾਜਸਥਾਨ ਚ ਸਥਿਤ ਹੈ ਅਤੇ 12 ਸ਼੍ਰੈਣੀਆਂ ਚ ਇਹ ਵੰਡੇ ਹੋਏ ਨੇ ਇਹਨਾਂ ਚਾਰ ਉਪਜਾਤਾਂ ਤੋਂ ਇਲਾਵਾ ਇਹ ਧਾਰਮਿਕ ਵੰਡਾਂ ਵਿੱਚ ਵੀ ਬੰਡੇ ਮਿਲਦੇ ਆ ਜਿਨ੍ਹਾਂ ਦੇ ਵਿੱਚ ਜੈਨੀ, ਸਰੋਗੀ, ਸ਼ੈਵ ਜਾਂ ਮਹੇਸ਼ਰੀ, ਅਗਰਵਾਲ, ਵਿਸ਼ਨੋਈ ਜਾਂ ਵੈਸ਼ਨਵ ਨੇ ਬਾਣੀਆਂ ਬਹੁਤ ਘੱਟ ਸਿੱਖ ਬਣੇ ਆ ਉਸ ਵਾਲਾਂ ਦੇ ਗੋਤਣੇ ਜਿਹੜੇ ਉਹ ਇਹ ਨੇ ਸੰਖਲੀ, ਸ੍ਰੀ ਸ੍ਰਿਮ, ਸੰਕਲਾ, ਸ਼੍ਰੇਸ਼ਟ ਗੋਤਾ, ਪੰਵਾਰ, ਸੁਚੰਤੀ ਪੰਵਾਰ, ਕਨੌਜੀਆ, ਰਠੌਰ, ਕੰਬਤ ਪੰਵਾਰ, ਕੋਲਾਧਾਰ, ਬਰੀਵਤ ਪੰਵਾਰ, ਕੋਟਰੀ ਜਾਂ ਖਜ਼ਾਨਾ ਸਾਂਭਣ ਵਾਲੇ ਪੰਵਾਰ ਕਮਾਵਤ ਪਮਾਰ ਮਹੇਸ਼ਰੀ ਚੂਈਚਤ ਚੌਰਪੇਰੀਆ ਰਘੂਵੰਸੀ ਬਰੜ ਇਹ ਗੋਤ ਕਬੋਜਾਂ ਦੇ ਜੱਟਾਂ ਵਿੱਚ ਵੀ ਮਿਲਦਾ ਤਗੂ ਸ੍ਰਿਸ਼ਤਰੀ ਸ਼ੰਕਲਾ ਠੱਕਰ ਦਾਦੂ ਵੈਦ ਬਹਾਦਰਪਾਲ ਬਰੂ ਗੋਤਰਾ ਪੱਟੀ ਬਫਨਾ ਰਾਜਮੂ ਰਾਜਪੂਤੀ ਮੂਲ ਮੋਰਖ ਪੋਕਰਨਾ ਸੰਕਲਾਪਵਾਰ ਤ੍ਰੇਤਰ ਕਮਾਵਤ ਇਹਨਾਂ ਵਿੱਚੋਂ ਕਮਾਵਤ ਹੈ ਜਿਹੜਾ ਇਹਨਾਂ ਵਿੱਚੋਂ ਕੋਦਰੀ ਗੋਤ ਅਸਲ ਦੇ ਵਿੱਚ ਗੋਤ ਨਹੀਂ ਬਲਕਿ ਆਲ ਇਹਨਾਂ ਦੀ ਇਹ ਸਾਰੇ ਗੋਤ ਆਪਣੇ ਆਪ ਨੂੰ ਉਸ ਵਾਰਖਵੋਨੇ ਬਾਣੀਆਂ ਦੀਆਂ ਤਿੰਨ ਖਿਤਈ ਸ਼੍ਰੇਣੀਆਂ ਨੇ ਜਿਨ੍ਹਾਂ ਚ ਵੱਡੀ ਅਗਰਵਾਲ ਹੈ ਜਿਹਦੇ ਵਿੱਚ ਗੋਤ ਜਿਹੜੇ ਆਉਨੇ ਆ ਉਹ ਇਹ ਨੇ 에ਰਨ ਕਾਂਸਲ ਇਹਦਾ ਨਾਂ ਕੰਸ ਦੇ ਨਾਂ ਦੇ ਘਾ ਤੋਂ ਰੱਖਿਆ ਗਿਆ ਸੀ ਘਰ ਘਰ ਗਰ ਗੋਂਦ ਜਿੰਦਲ ਤਹਿਲ ਥੇਰਨ ਬਾਂਸਲ ਬਾਂਸਲ ਬਾਸ ਦੇ ਦਰਖਤ ਤੋਂ ਪਿਆ ਨਾਂ ਹੈ ਮਿੱਤਲ ਮੰਸਲ ਮੰਗਲ ਮਹਿਵਰ ਮਿੰਡਲ ਸਿੰਗਲ ਗੋਇਲ ਦੂਜੀ ਸ਼੍ਰੇਣੀ ਸਗਲਿਆ ਅਗਲ ਅਗਰਵਾਲਾਂ ਦੀ ਉਪ ਸ਼੍ਰੇਣੀ ਹੈ ਉਹਦੇ ਗੋਤ ਅਗਰਵਾਲਾਂ ਵਾਲੇ ਹੀ ਨੇ ਤੀਸਰੀ ਖਿੱਤੇਈ ਸ਼੍ਰੇਣੀ ਦੇ ਵਿੱਚ ਉਸਵਾਲ ਬਾਣੀਆਂ ਹੀ ਆਉਣੇ ਜਿਨ੍ਹਾਂ ਦੇ ਗੋਤ ਆਪਾਂ ਤੁਹਾਨੂੰ ਦੱਸ ਚੁੱਕੇ ਪਿੱਛੇ ਜੀਂਦ ਦੇ ਬਾਣੀਆਂ ਦੀ ਹੋਰ ਗੋਤ ਵੰਡ ਜਿਹੜੀ ਹੈ ਉਹ ਇਦਾਂ ਹੈ ਜੋ ਇਹਦੇ ਸਾਰੇ ਉਪ ਗੋਤ ਨੇ ਸ਼ਰੀਮਲ ਗੋਤ ਚੰਡਾਲੀਆ ਬੋਰਾ ਜੂਨੀਵਾਲ ਟਾਂਕ ਬੰਗਰੀਆ ਕਨੋਦੀਆ ਤੇ ਉਸ ਵਾਲ ਗੋਤ ਦੇ ਆ ਰੰਕੇ ਗਦੀਆ ਗਦੀਆ ਬੰਬ 나ਹਰ ਬੰਬੇਲ ਦੁਗਰ ਸੋ ਹਰਿਆਣੇ ਦੇ ਵਿੱਚ ਰਾਜਥਾਨ ਦੀ ਸੀਮਾ ਦੇ ਨਾਲ ਲੱਗਦੇ ਬਾਬਲ ਖੇਤਰ ਜੋ ਪਹਿਲਾਂ ਨਾਭਾ ਰਾਜਪਤ ਵਿੱਚ ਸੀ ਇਹਦੇ ਬਾਣੀਏ ਅਗਰਵਾਲ ਰੁਸਤਗੀ ਖੰਡੇਲਵਾਲ ਮਹੂਰ ਚਾਛ ਰੈਣੀਆ 'ਚ ਬੰਡੇ ਦੇਖੇ ਜਾਂਦੇ ਸੋ ਬਨਜ ਸੰਬੰਧੀ ਯੋਜਨਾਵਾਂ ਬਣਾਉਣ ਦੇ ਲਈ ਇਹਨਾਂ ਵਿੱਚ ਬੜੀ ਜ਼ਬਰਦਸਤ ਯੋਗਤਾ ਹੈ ਅਤੇ ਬੀਕਾਨੇ ਦਿੱਲੀ ਅਤੇ ਮਾਰਵਾੜ ਦੇ ਬਾਣੀਆਂ ਨੇ ਹਰਾਨੀ ਜਨਕ ਉન્નਤੀ ਕੀਤੀ ਹੈ ਅਤੇ ਇਹ ਗੱਲ ਪੰਜਾਬ ਦੇ ਬਾਣੀਆਂ ਤੇ ਵੀ ਲਾਗੂ ਹੁੰਦੀ ਹੈ ਉਦਾਹਰਨ ਵਜੋਂ ਜਲੰਧਰ ਦੇ ਬਾਣੀਆਂ ਅਮੀ ਚੰਦ ਪਿਆਰੇ ਲਾਲ ਦੇ ਉੱਤਰਾਧਿਕਾਰੀਆਂ ਨੇ ਬੜੀ ਉન્નਤੀ ਕੀਤੀ ਹੈ ਡਾਕਟਰ ਸਤਿਆਪਾਲ ਜੀਤ ਅਤੇ ਲਾਰਡ ਸਵਰਾਜਪਾਲ ਤਿੰਨਾ ਭਰਾਵਾਂ ਨੇ ਕਈ ਏਪੀਜੀ ਨਾਂ ਦੀਆਂ ਸੰਸਥਾਵਾਂ ਸਕੂਲ ਕਾਲਜ ਕਿਤਾ ਮੁਖੀ ਵਿਦਿਆ ਦੇ ਕੇਂਦਰ ਸੰਨਤੀ ادارے ਇਹਨਾਂ ਨੇ ਸਥਾਪਿਤ ਕੀਤੇ ਇਹਨਾਂ ਦੇ ਸਮੁੰਦਰੀ ਜਹਾਜ਼ ਵੀ ਨੇ ਲਾਰਡ ਸਵਰਾਜਪਾਲ ਇੱਕ ਉੱਗਾ ਸਨਤਕਾਰ ਜਿਹੜਾ ਇੰਗਲੈਂਡ ਦੇ ਹਾਊਸ ਆਫ ਲਾਰਡਜ਼ ਦਾ ਮੈਂਬਰ ਹੈ ਅਤੇ ਇੱਕ ਬੜਾ ਪ੍ਰਤਿਸ਼ਠਿਤ ਵਿਅਕਤੀ ਹੈ ਜੋ ਵਿਪਰੋ ਦਾ ਮਾਲਕ ਹੈ ਡਾਕਟਰ ਸੱਤਿਆਪਾਲ ਏਪੀਜੀ ਐਜੂਕੇਸ਼ਨ ਸੁਸਾਇਟੀ ਦਾ ਮਾਲਕ ਅਤੇ ਪੰਜਾਬ ਸਰਕਾਰ ਵੱਲੋਂ ਉਦਯੋਗ ਰਤਨ ਐਵਾਰਡ ਪ੍ਰਾਪਤ ਕਰ ਚੁੱਕਾ ਪ੍ਰਭੂ ਵਿਦਿਆਲ ਓਮ ਪ੍ਰਕਾਸ਼ ਜਲੰਧਰ ਦੇ ਗੋਇੰਦਵਾਲ ਤੇ ਹਿਮਾਚਲ ਵਿੱਚ ਪੀਵੀਸੀ ਪਾਈਪ ਬਣਾਉਣ ਦੇ ਵੱਡੇ ਜੁਨਟ ਨੇ ਇਸੇ ਤਰ੍ਹਾਂ ਗੁਬਿੰਦਗੜ੍ਹ ਦੇ ਵਿੱਚ ਬਾਣੀਆਂ ਦੇ ਬੜੇ ਬੜੇ ਵੱਡੇ ਲੋਹੇ ਦੇ ਕਾਰਖਾਨੇ ਆ। ਕਈ ਹੋਰ ਥਾਈਂ ਵੀ ਇਹ ਸਨਤਕਾਰ ਵਿੱਚ ਅੱਗੇ ਨੇ ਸਨਤਕਾਰੀ ਚ। ਹਰਿਆਣਾ ਚ ਹਿਸਾਰ ਚ ਜਿੰਦਲ ਪਾਈਪਸ ਇੱਕ ਬੜਾ ਵੱਡਾ ਕਾਰਖਾਨਾ ਹੈ ਪਾਈਪਸ ਦਾ। ਤੇ ਪੰਜਾਬ ਚ ਓਸਵਾਲ ਬਾਣੀਆਂ ਨੇ ਬੜੀ ਉન્નਤੀ ਕੀਤੀ ਹੈ ਕਹਿੰਦੇ। ਓਸਵਾਲ ਗਰੁੱਪ ਆਫ ਮਿਲਸ ਦੇ ਮਾਲਕ ਨੇ ਅਤੇ ਇੱਕ ਕੈਂਸਰ ਦੀ ਬਿਮਾਰੀ ਦੇ ਇਲਾਜ ਵਾਸਤੇ ਲੁਧਿਆਣੇ ਚ ਹਸਪਤਾਲ ਵੀ ਇਹਨਾਂ ਨੇ ਸਥਾਪਿਤ ਕੀਤਾ ਹੋਇਆ। ਲੁਧਿਆਣੇ ਅਤੇ ਗੁਬਿੰਦਗੜ੍ਹ ਦੇ ਵਿੱਚ ਬਾਣੀਆਂ ਦੇ ਕਈ ਸੰਨਤੀਕ ਯੂਨਿਟ ਹੈ ਮਤਲਬ ਕਿ ਕਾਰੋਬਾਰ ਨੇ 12 ਸੈਣੀ 12 ਦੀ ਫੌਜ ਇਹ ਗੋਤ ਦੇ ਲੋਕ ਆਪਣੇ ਰਵੀਦਾਸ ਵੀਰਾਂ ਤੋਂ ਬਾਣੀਆਂ ਬਣੇ ਹਨ ਅਤੇ ਵਿਆਹ ਸਮੇਂ ਬਿਆੰਦੜ ਇੱਕ ਟੋਕਰੀ ਨੋਮਾ ਡੱਕ ਦੇ ਪੱਤਿਆਂ ਦਾ ਇੱਕ ਮੁਕਟ ਪਹਿਨਦਾ ਹੈ ਜਿਹਦੇ ਵਿੱਚ ਇੱਕ ਚਮੜੇ ਦਾ ਟੋਟਾ ਰੱਖਿਆ ਜਾਂਦਾ ਜਿਸਮਾਨਨੀ ਤੌਰ ਤੇ ਬਾਣੀਆਂ ਦੇ ਕਦ ਘੱਟ ਲੰਮੇ ਅਤੇ ਰੰਗ ਕਾਲਾ ਹੁੰਦਾ ਹੈ ਸੰਭਵ ਹੈ ਕਿ ਉਹਨਾਂ ਵਿੱਚ ਪੰਜਾਬ ਜਾਂ ਭਾਰਤ ਦੀ ਮੂੜਲੀ ਨਸਲ ਦਾ ਅੰਸ਼ ਵਧੇਰੇ ਹੈ ਇਹਨਾਂ ਵਿੱਚ ਕਈ ਸ਼ਿਵਈ ਵੈਸ਼ਨਵ ਅਤੇ ਕਈ ਜੈਨੀ ਨੇ ਸ਼ਿਵਈ ਅਤੇ ਵੈਸ਼ਨਵ Hindu ਧਰਮ ਦੇ ਧਾਰਣੀ ਨੇ ਅਤੇ ਜੈਨੀ ਜੈਨ ਧਰਮ ਦੇ ਬਾਣੀਆਂ ਦਾ ਖਿਲਾਰ ਪਿੰਡ ਦੇ ਵਿੱਚ ਹੱੱਟੀ ਕਰਨ ਵੇਲੇ ਹੱੱਟੀ ਕਰਨ ਵਾਲੇ ਛੋਟੇ ਦੁਕਾਨਦਾਰ ਤੋਂ ਲੈ ਕੇ ਵਪਾਰੀ ਚੈਂਬਰਾਂ ਦੇ ਮੈਂਬਰਾਂ ਅਤੇ ਉਦਯੋਗਪਤੀਆਂ ਤੱਕ ਵਿਆਪਕ ਹੈ ਅੰਗਰੇਜ਼ੀ ਰਾਜ ਦੇ ਵਿੱਚ ਜਦੋਂ ਪੰਜਾਬ سرمایہਦਾਰੀ ਨਿظام ਫੈਲਿਆ ਤਾਂ ਇਹਨਾਂ ਦੀ ਸਮਾਜ ਉੱਪਰ ਪਕੜ ਵੀ ਮਜ਼ਬੂਤ ਹੋ ਗਈ। ਉਹਨਾਂ ਦਾ ਪੂਰਬੀ ਪੰਜਾਬ ਵਿੱਚ ਵੀ ਉਹੀ ਰੋਲ ਸੀ ਜੋ ਕੇਂਦਰੀ ਪੰਜਾਬ 1947 ਤੋਂ ਪਹਿਲਾਂ ਵਿੱਚ ਖੱਤਰੀਆਂ ਅਤੇ ਪੱਛਮੀ ਬੰਗਾ ਦੇ ਵਿੱਚ ਅਰੋੜਿਆਂ ਦਾ ਸੀ। ਅੰਗਰੇਜ਼ੀ سرمایہਦਾਰਾਂ ਅਤੇ ਪਿੰਡਾਂ ਦੇ ਵਿੱਚ ਵਿਚੋਲੇ ਹੋਣ ਦੇ ਨਾਤੇ ਉਹਨਾਂ ਨੇ ਪਿੰਡਾਂ ਵਿੱਚ ਕੱਚੇ ਮਾਲ ਤੇ ਉਦਯੋਗ ਉਤਪਾਦਨ ਦੀ ਖਰੀਦੋ-ਫਰੋਕਤ ਵਿੱਚ ਬੜਾ ਧਨ ਕਮਾਇਆ। ਬਰਤਾਨਵੀ ਪ੍ਰਸ਼ਾਸਕਾਂ ਦੁਆਰਾ ਚੁੱਕੇ ਗਏ ਕਈ ਕਦਮਾਂ ਦੇ ਨਤੀਜੇ ਵਜੋਂ ਜਿਨ੍ਹਾਂ ਵਿੱਚੋਂ ਜ਼ਮੀਨ ਦਾ ਮਾਮਲਾ ਨਿਸ਼ਚਿਤ ਕਰਨਾ ਤੇ ਇਹਦੀ ਪੈਸੇ ਦੇ ਰੂਪ ਵਿੱਚ ਅਦਾਇਗੀ ਵੀ ਸ਼ਾਮਲ ਸੀ ਮਕਰੂਜੀ ਦੀ ਯਾਤਰਾ ਦੇ ਵਿੱਚ ਬਹੁਤ ਵਾਅਦਾ ਹੋਇਆ ਅਤੇ ਵਕ-ਵਕ ਆਕਾਰ ਦੀਆਂ ਮਾਲਕੀਆਂ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਖਿਸਕ ਕੇ ਇਹਨਾਂ ਵਪਾਰੀ ਜਾਤਾਂ ਦੇ ਹੱਥਾਂ ਵਿੱਚ ਚਲੀਆਂ ਗਈਆਂ ਸੋ ਇਹੋ ਰੁਝਾਨ ਪੰਜਾਬ ਦੇ ਮਾਲਵਾ ਖੇਤਰ 'ਚ ਹੁਣ ਵੀ ਦੇਖਿਆ ਜਾਂਦਾ ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਬਾਣੀਆਂ ਦੇ ਪੰਜਾਬ ਵਿੱਚ ਐਮ.ਐਲ.ਏ ਵੀ ਨੇ ਅਤੇ ਐਮ.ਪੀ ਵੀ ਵਿਖੇ ਜਾਂਦੇ ਆ ਇਹੋ ਸਥਿਤੀ ਹਰਿਆਣਾ ਵਿੱਚ ਵੀ ਆ ਪੈਪਸੂ ਦਾ ਮੁੱਖ ਮੰਤਰੀ ਬ੍ਰਿਸ਼ਪਾਨ ਮੂਨਕ ਦਾ ਬਾਣੀਆਂ ਸੀ ਅਤੇ ਉਹਨਾਂ ਦਾ ਸੁਪੁੱਤਰ ਏ.ਕੇ.ਪਾਨ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਜੱਜ ਹੈ ਬਰਨਾਲੇ, ਸੰਗਰੂਰ ਤੇ ਪਟਿਆਲੇ ਖੇਤਰ ਦੇ ਕਈ ਬਾਣੀਆਂ ਖੇਤੀ ਦਾ ਕੰਮ ਵੀ ਕਰਦੇ ਆ ਅਤੇ ਨਾਂ ਮਗਰ ਸਿੰਘ ਵੀ ਲਾਉਂਦੇ ਆ ਜੋ ਖੇਤੀਬਾੜੀ ਨਹੀਂ ਕਰਦੇ ਉਹਨਾਂ ਕੋਲ ਵੀ ਚੰਗੀਆਂ ਚੋਖੀਆਂ ਜ਼ਮੀਨਾਂ ਆ ਅਤੇ ਇਹ ਆਪਣੇ ਆਪ ਨੂੰ ਜੱਟ ਬਾਣੀਆਂ ਕਹਿੰਦੇ ਆ ਸਰਿੰਦਰ ਸਿੰਘਲਾ ਪੰਜਾਬ ਦਾ ਵਿੱਤ ਮੰਤਰੀ ਰਿਹਾ ਪਵਨ ਕੁਮਾਰ ਬਾਂਸਲ ਕੇਂਦਰ ਵਿੱਚ ਤੇ ਵਰਤਮਾਨ ਸਮੇਂ ਰਾਜ ਵਿੱਤ ਮੰਤਰੀ ਹੈ ਹਾਂਜੀ ਸੋ ਇਹ ਸੀ ਬਾਣੀਆਂ ਪੀਰਾਂ ਬਾਰੇ ਜਾਣਕਾਰੀ ਸੋ ਆਸ ਕਰੇ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਤੇ ਇਹਨਾਂ ਨੂੰ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਸੋ ਮਿਲਦੇ ਹਾਂ ਨਵੀਂ ਜਾਣਕਾਰੀ ਨਾਲ ਉਹ ਤੱਕ ਦਿਓ ਅੱਗੇ ਸਤਿ ਸ੍ਰੀ ਅਕਾਲ